ਆ ਮਹਾਪਾਜੀ ਕਹਿੰਦੇ ਕਾਕਾ ਗੱਲ ਸੁਣ ਮਦਦ ਕਰੂੰ ਤੇਰੀ ਡਟ ਕੇ ਜਿਨ੍ਹਾਂ ਨਾਲ ਤੇਰੀ ਲੜਾਈ ਆ ਉਹਨਾਂ ਨੂੰ ਵੀ ਕਹੂੰ ਪਰ ਮੇਰੀ ਸ਼ਰਤ ਹੈ ਇੱਕ ਵੀ 5 ਪੈਸੇ ਦੀ ਗੱਲ ਮੇਰੇ ਨਾਲ ਨਾ ਕਰੀ 5 ਪੈਸੇ ਦੀ ਗੱਲ ਮੇਰੇ ਨਾਲ ਨਾ ਕਰੀ ਇੱਕੋ ਸ਼ਖਸ ਸੀਗਾ ਇੱਕੋ ਸ਼ਖਸ ਪੂਰੇ ਪੰਜਾਬ ਦੀ ਧਰਤੀ ਦੇ ਉੱਤੇ ਜਿਨੇ ਉਹ ਪੈਸਿਆਂ ਦਾ ਪੈਕੇਜ ਨਹੀਂ ਲਿਆ ਮੇਤੋਂ ਤੇ ਅੱਜ ਇਹ ਮਜਨੂ ਮਾਨ ਬਦਲਾਵ ਚਲਣ ਕਰਨ ਚੱਲਿਆ ਸੀਗਾ ਸਵਾਏ ਘਰ ਵਾਲੀ ਦੇ ਬਦਲਿਆ ਕੀ ਇਹਨੇ ਇਹਦਾ ਨਾਂ ਰੱਖਿਆ ਮਜਨੂ ਮਾਨ ਦੇ ਗਿਆ ਇਹ ਜੀ ਥਾਂ ਦੇ ਉੱਤੇ ਆ ਸਾਡੇ ਕ੍ਰਿਕਟ ਚ ਹੁੰਦਾ ਉਹਦੀ ਜੀਟੀਯੂ ਉਹਦਾ ਮਤਲਬ ਗਿਰਿਆ ਤਾਂ ਵੀ ਟਾਂਗ ਉੱਤੇ ਇਹ ਉਹੀ ਜੀਟੀਯੂ ਆਜ ਇਸ ਇਨਸਾਨ ਤੋਂ ਗਿਰਿਆ ਬੰਦਾ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਸੀ ਇੱਕ ਪਿਛੇ ਬੈਠਾ ਉਦੋਂ ਯਾਦ ਆ ਤੁਹਾਨੂੰ ਪਾਜੀ ਕਿ ਥੋੜੀ ਗੱਡੀ 'ਚ ਬੈਠਾ ਉਦੋਂ ਕਾਲੀਦਾਲ 'ਚ ਸੀ ਉਦੋਂ ਤੇ ਕਿਸੇ ਗੱਲ ਤੇ ਬਹਿਸ ਹੋ ਗਈ ਤੇ ਉਦੋਂ ਕੀ ਕਿਹਾ ਸੀ ਉੱਤਰੋ ਜੋਕਰ ਥੱਲੇ ਉੱਤਰ ਹੱਸ ਰੋ ਹੱਸ ਰੋ ਗੱਲ ਸੱਚੀ ਹੈ ਪੁੱਛ ਲਓ ਕਿਹਾ ਸੀ ਕਿ ਨਹੀਂ ਕਿਹਾ ਸੀ ਸੋਸਰੀ ਵਾਂਗ ਸੌਂ ਗਿਆ ਸੋਸਰੀ ਇਹਨੂੰ ਰੱਬ ਭੁੱਲਿਆ ਇਹ ਹੰਕਾਰ ਦਾ ਮਰਿਆ ਉਸ ਅਵਸਥਾ ਚ ਆ ਗਿਆ ਜਿੱਥੇ ਇਹਨੂੰ ਲੱਗਦਾ ਔਰ ਇਹਨੇ ਫੋਨ ਕਰਕੇ ਕਿਹਾ ਕੈਪਟਨ ਸਾਹਿਬ ਦਾ ਇੱਕ ਐਡਵਾਈਜ਼ਰ ਹੁੰਦਾ ਸੀ ਉਹਨੂੰ ਕਹਿੰਦਾ ਤੈਨੂੰ ਪਤਾ ਹੈ ਚੀਫ ਮਿਨਿਸਟਰ ਰੱਬ ਹੁੰਦਾ ਰੱਬ ਉਤਰਾ ਜਦੋਂ ਸਰਕਾਰ ਉਤਰੀ ਤੇਰੀ ਵਾਰੀ ਆਈ ਤੇ ਉਹਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਉਥੇ 8 8 ਫੁੱਟ ਵਾਲੀਆਂ ਚੱਕੀਆਂ ਨੇ ਕਾਹ ਮਤਰਾ ਆਹ ਵੇ ਵੇ ਮੇਤਰਾ ਮੈਂ ਤੇਰਾ ਅੱਜ ਕਾਸੇ ਮਤਲਬ ਖਾਸੇ ਅਰਸੇ ਬਾਅਦ ਅੱਜ ਬੋਲਿਆ ਮੈਂ ਤਾਂ 2 ਏਕੜ ਵਾਲਿਆਂ ਸੀ 8 ਵਾਲੀ ਚ ਤੂੰ ਹੀ ਸੀ ਪਰ ਮੈਨੂੰ ਦੁੱਖ ਹੋਇਆ ਮੈਨੂੰ ਦੁੱਖ ਹੋਇਆ ਇਸ ਗੱਲ ਦਾ ਕਿਉਂਕਿ ਅਸੀਂ ਅਸੀਂ ਕਦੇ ਉਸ ਬਦਲਾਖੋਰੀ ਦੀ ਇੰਤਹਾ ਨਹੀਂ ਗਏ ਹਮਦਰ ਸਾਹਿਬ ਇਸ ਬੰਦੇ ਨੇ વિનાਸ਼ਕਾਲ ਹੈ ਵਿਪਰੀਤ ਬੁੱਧੀ ਜਦੋਂ ਇਨਸਾਨ ਦਾ ਮਾੜਾ ਵਕਤ ਆਉਂਦਾ ਨਾ ਉਹ ਪੁੱਠੇ ਪਾਸੇ ਤੁਰਦਾ ਭਾਜੀ ਇਹਨੇ अजीत ਨੂੰ ਔਰ ਤੁਹਾਨੂੰ ਹੱਥ ਨਹੀਂ ਪਾਇਆ ਇਹਨੇ ਪੰਜਾਬ ਦੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਪੱਗ ਲਾਉਣ ਨਹੀਂ ਦੇਣੀ ਇਹਦੀ ਜੜ ਪੁੱਟ ਦੇਣੀ ਆ ਇਹ ਮੈਂ ਤੁਹਾਨੂੰ ਗਰੰਟੀ ਦੇਣਾ ਪੱਗ ਲਾਉਣ ਨਹੀਂ ਦੇਣੀ ਔਰ ਇਹਦੀ ਜੜ ਪੁੱਟਣੀ ਪੁੱਟਣੀ ਆ ਵੇਖੋ ਅੱਜ ਮੌਕਾ ਹੈ ਉਹ ਚਾਤਕ ਹੁੰਦਾ ਨਾ ਜੀ ਜਿਹੜਾ ਮੋਤੀ ਬਣਾਉਂਦਾ ਹੈ ਜਦੋਂ ਸਵਾਤੀ ਨਕਸ਼ਤਰ ਆਉਂਦਾ ਨਾ ਉਹ ਸਾਗਰ ਦੇ ਗਰਭ ਤੋਂ ਉੱਤੇ ਉੱਠਦਾ 3 ਕਿਲੋਮੀਟਰ ਉੱਤੇ ਉੱਠਦਾ ਖਾਰਾ ਪਾਣੀ ਛੂਹ ਨਹੀਂ ਦਿੰਦਾ ਉਹ ਤੇ ਜਦੋਂ ਸਵਾਤੀ ਨਕਸ਼ਤਰ ਦੀ ਪਹਿਲੀ ਬੂੰਦ ਡਿੱਗਦੀ ਹੈ ਨਾ ਤੇ ਉਹ ਉਹਨੂੰ ਗਰਭ ਚ ਲੈ ਕੇ ਥੱਲੇ ਜਾਂਦਾ ਮੋਤੀ ਬਣਾ ਦਿੰਦਾ ਅੱਜ ਸਾਰੀਆਂ ਪਾਰਟੀਆਂ ਤੋਂ ਉੱਤੇ ਇੱਕ ਇਮਾਨਦਾਰ ਸ਼ਖਸੀਅਤ ਜਦੋਂ ਬਾਜੀ ਤੁਸੀਂ ਮੇਰੀ ਬਾਹ ਫੜੀ ਸੀ ਔਰ ਤੁਸੀਂ ਪੈਸੇ ਨਹੀਂ ਸੀ ਲਾਏ ਉਸ ਦਿਨ ਤੋਂ ਅੱਜ ਤੱਕ ਮੈਂ ਤੁਹਾਡੀ ਜੁੱਤੀ ਨੂੰ ਹੱਥ ਲਾਉਣਾ ਉਹ ਇਸ ਕਰਕੇ ਲਾਉਣਾ ਕਿ ਮੈਂ ਇੱਕ ਇਮਾਨਦਾਰ ਪ੍ਰੈਸ ਵਾਲੇ ਨੂੰ ਜਿਹੜਾ ਇੱਕ ਐਗਜ਼ਾਮਪਲ ਹੈ ਇੱਕ ਰੋਲ ਮਾਡਲ ਹੈ ਔਰ ਉਹ ਤਿੰਨ ਅਖਬਾਰ ਟ੍ਰਿਬਿਊਨ ਹਿੰਦ ਸਮਾਚਾਰ ਪੰਜਾਬ ਕੇਸਰੀ ਤੇ ਜੀਤ ਮੈਂ ਛੋਟੀ ਉਮਰ ਦੇ ਵਿੱਚ 8 ਸਾਲ ਦਾ ਸਕੂਲ ਜਾਣ ਤੋਂ ਪਹਿਲਾਂ ਪੜ੍ਹਦਾ ਹੁੰਦਾ ਸੀ ਇਹ ਪੰਜਾਬ ਦੀ ਪਛਾਣ ਸੀ ਇਹ ਸਾਡੇ ਵਿਰਸੇ ਦੇ ਰਖਵਾਲੇ ਨੇ ਭਾਜੀ ਸਾਡੇ ਵਿਰਸੇ ਨੂੰ ਇੱਕ ਮਦਾਰੀ ਰੋਲੂ ਸਵਾਲ ਪੈਦਾ ਨਹੀਂ ਹੁੰਦਾ ਸਵਾਲ ਪੈਦਾ ਨਹੀਂ ਹੁੰਦਾ ਜੇ ਅੱਜ ਦਮ ਹੈ ਨਾ ਇਹ ਮੈਂ ਦਨਾ ਇੱਥੇ ਜਿੰਨੇ ਬੰਦੇ ਬੈਠੇ ਆ ਕਦੇ ਤਾਂ ਇਕੱਠ ਹੁੰਦਾ 20000 ਦਾ ਆ ਭਾਜੀ ਦਾ ਚੈਂਪੀਅਨ ਹੈ ਕਦੇ ਕੋ 30000 ਦਾ ਬਾਜਵਾ ਸਾਹਿਬ ਦੇ ਗਿਆ ਸੀ ਮੈਂ ਉੱਥੇ 20000 ਦਾ ਕਿਹ ਦਿਨ ਭਾਜੀ ਨੂੰ ਵਿਜਲੈਂਸ ਬੁਲਾਵੇ ਨਾ ਸਵਾਤ ਤਾਂ ਹੈ ਔਰ ਮੈਂ ਡੰਕੇ ਦੀ ਚੋਟ ਦੇ ਉੱਤੇ ਕਹਿੰਦਾ ਸਵਾਤ ਤਾਂ ਹੈ ਕਿ ਸਾਰੀਆਂ ਪਾਰਟੀਆਂ ਪੰਜਾਬ ਬਣ ਕੇ 1 ਲੱਖ ਬੰਦਾ ਇਕੱਠਾ ਕਰਕੇ ਉੱਥੇ ਵਿਜੀਲੈਂਸ ਦੇ ਦਫ਼ਤਰ ਦੇ ਉੱਤੇ ਖੜੇ ਹੋ ਸਵਾਤ ਤਾਂ ਹੈ ਫੇਰ ਤੇ ਗੱਲ ਬਣਦੀ ਹੈ ਫੇਰ ਤੇ ਗੱਲ ਬਣਦੀ ਹੈ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਨਾ ਬੁਲਾਓ ਮੈਨੂੰ ਤੁਸੀਂ ਹਟੇ ਨਹੀਂ ਠੀਕ ਹੈ ਬੁਲਾਓ ਫੇਰ ਗੱਲ ਬਣਦੀ ਹੈ ਵੀ 올 ਪਾਰਟੀ ਮੀਟਿੰਗ ਨੇ ਕੋਈ ਸਿੱਟਾ ਕੱਢਿਆ ਬਾਕੀ ਇਹਨਾਂ ਦੇ ਬਾਰੇ ਕੀ ਕਹਾਂ ਇਹ ਥੋਤੇ ਉਂਗਲਾਂ ਚੱਕਦੇ ਪਾਜੀ ਇਹ ਪੰਜਾਬ ਦੇ ਵਿਰਸੇ ਤੇ ਉਂਗਲਾਂ ਚੱਕਦੇ ਐ ਮੈਂ ਕੱਲਾ ਬੰਦਾ ਸੀ ਉੱਥੇ ਜਿਹੜਾ ਖੜਾ ਹੋ ਕੇ ਕਿਹਾ ਸੀਗਾ ਕਿ ਸਰਦਾਰ ਬਾਦਲ ਨਾ ਮੇਰੇ ਕਿੰਨੇ ਹੀ ਮਤਪੇਦ ਹੋਣ ਪਰ ਜਿਹੜੀ ਕੌਮ ਆਪਣੇ ਵਿਰਸੇ ਤੋਂ ਆਪਣੇ ਇਤਿਹਾਸ ਤੋਂ ਪਿੱਛੇ ਹੱਟ ਜਾਂਦੀ ਹੈ ਨਾ ਉਹਨੂੰ ਕੋਈ ਯਾਦ ਨਹੀਂ ਰੱਖਦਾ ਤੇ ਤੁਸੀਂ ਦੇਖ ਲਓ ਚਾਹੇ ਵਿਰਾਸਤੇ ਖਾਲਸਾ ਹੋਵੇ ਔਰ ਕਈ ਚੀਜ਼ਾਂ ਪਾਰਟੀਆਂ ਤੋਂ ਉੱਤੇ ਉੱਠ ਕੇ ਹੁੰਦੀਆਂ ਪਾਜੀ ਚਾਹੇ ਟੈਰਰਿਜ਼ਮ ਹੋਵੇ ਚਾਹੇ ਮਾਰਤਾ ਹੋਣ ਜਦੋਂ ਛੋਟੇ ਛੋਟੇ ਬੱਚੇ ਜਾ ਕੇ ਖੜਦੇ ਆ ਨਾ ਉਥੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਇਹ ਤੇ ਪੱਟੂ ਪੀਲੀ ਪੱਗ ਬੰਦਿਆ ਜਾਂਦਾ ਹੀ ਜਿਹੜਾ ਦੇਖਦਾ ਵਿਆਹ ਕਰਾ ਲੈਂਦਾ ਪਤਾ ਨਹੀਂ ਕੀ ਲੱਗੀ ਹੈ ਇਹਨਾਂ ਨੂੰ ਮੈਂ ਇੰਨਾ ਹੀ ਕਹਿਣਾ ਚਾਹਣਾ ਕਿ ਅੱਜ ਸਾਡੀ ਆਨ ਬਾਨ ਸ਼ਾਨ ਦੇ ਉੱਤੇ ਦਾਗ ਨਹੀਂ ਲੱਗਣ ਦੇਣਾ ਲੱਖ ਬੰਦੇ ਦਾ ਮੈਂ આમੰਤਰਣ ਦਿੰਦਾ ਔਰ ਮੈਂ ਇਸ ਮੰਚ ਤੋਂ ਕਹਿਣਾ ਭਗਵੰਤ ਮਾਨ ਤੂੰ ਚੋਰ ਹੈ ਟਕਾ ਆ ਕੇ ਕਹਿਣਾ ਮੈਂ ਚੋਰ ਹਾਂ ਤੂੰ ਜਿਹੜਾ ਸਿਸਟਮ ਬਦਲਣ ਆਇਆ ਸੀ ਮਿੱਤਰ ਪਿਆਰਿਆ ਇਹ ਕਹਿਣਾ ਨਹੀਂ ਕਹਿੰਦੇ ਮੈਂ ਕਹੂੰ ਤੂੰ ਜਿਹੜਾ ਸਿਸਟਮ ਬਦਲਣ ਆਇਆ ਸੀ ਨਾ ਉਹ ਸਿਸਟਮ ਦਾ ਸਰਗਣਾ ਐ ਤੂੰ ਉਹ ਸਿਸਟਮ ਨੂੰ ਚਲਾਉਣ ਵਾਲਾ ਤੂੰ ਕਹਿੰਦੇ ਪੰਜਾਬ ਪਿੱਛੇ ਹੋ ਗਿਆ ਕਿਉਂ ਹੋ ਗਿਆ ਕਿਉਂਕਿ ਹਰ ਸਰਕਾਰ 40000 ਕਰੋੜ 30000 ਕਰੋੜ ਕਰਜ਼ਾ ਲੈਂਦੀ ਰਹੀ ਤੇ ਭਾਜੀ ਇਹਨੂੰ ਪੁੱਛੋ ਕਿ ਜਿਹੜੀ ਰੇਤੇ ਦੀ ਟਰਾਲੀ 3 ਸੈਂਕੜਾ 3000 ਦੀ ਮਿਲਦੀ ਸੀ 3700 ਦੀ ਔਰ ਉਦੋਂ ਵੀ ਮੇਰੇ ਚੰਨਜੀਤ ਚੰਨੀ ਨਾਲ ਵਿਚਾਰ ਹੁੰਦੇ ਰਹਿੰਦੇ ਸੀ ਅੱਜ ਉਹ 16000 ਨਾਲ 25000 ਨੂੰ ਕੌਣ ਲੈ ਜਾਂਦਾ ਪੈਸਾ ਤੇ ਕਿੱਥੇ ਗਿਆ ਕੇਜਰੀਵਾਲ ਦਾ ਉਹ 20000 ਕਰੋੜ ਰੁਪਈਆ ਪਤੰਦਰ 46000 ਦੇ 46 ਕਰੋੜ ਦੇ ਘਰ ਚ ਰਹੂਗਾ ਤੇ ਟੁੱਟਿਆ ਜਾ ਮਸਲ ਰਪਾਲੂਗਾ ਉਹ ਸੰਡੇ ਮਾਰਕੀਟ ਚੋਂ ਖਰੀਦ ਕੇ ਫਿਰ ਕਰੂ ਖੰਗਦੇ ਤੇ ਤੋ ਠੀਕ ਨਹੀਂ ਹੁੰਦੀ ਤੂੰ ਪੰਜਾਬ ਕੀ ਠੀਕ ਕਰੇਗਾ ਓਏ ਇਹੋ ਬਹਿਰੂਪੀਏ ਨੇ ਇਹਨਾਂ ਦੇ ਮਖੌਟੇ ਲਾਣ ਦੀ ਲੋੜ ਆ ਭਾਜੀ ਅੱਜ ਇਕੱਠੇ ਹੋ ਕੇ ਲੜਨ ਦੀ ਲੋੜ ਆ ਕੁਲੀਨ ਤੰਤਰ ਹੁੰਦਾ ਸੀ ਰਾਜ ਤੰਤਰ ਹੁੰਦਾ ਸੀ ਲੋਕਤੰਤਰ ਹੁੰਦਾ ਸੀ ਅੱਜ ਬਿਜ਼ਨਸ ਤੰਤਰ ਦੀ ਪੋਲਿਟਿਕਸ ਆਫ ਅਪ੍ਰੈਸ਼ਨ ਇੰਟੀਮੀਡੇਸ਼ਨ ਲੋਕਾਂ ਨੂੰ ਡਰਾਉਣਾ ਧਮਕਾਉਣਾ ਔਰ ਫੇਰ ਵੀ ਤੁਸੀਂ ਕਿਹੜੇ ਨਾਡੂ ਖਾ ਓਏ 18 ਰੁਪਏ ਪਰ ਕਨੈਕਸ਼ਨ ਜਾਂਦਾ ਹੈ ਕੇਬਲ ਦਾ 10 ਭਗਵੰਤ ਮਾਨ ਮੈਂ ਤੈਨੂੰ ਪੁੱਛਦਾ ਇਸ ਇੱਥੇ ਮੁਕੱਦਸ ਮੰਚ ਤੋਂ ਪੁੱਛਦਾ ਕਿਹਦੇ ਕੋਲ ਜਾਂਦਾ ਆ ਠੇਕੇ ਵਾਲੇ ਤੂੰ ਕਹਿੰਦਾ ਹੁੰਦਾ ਸੀ ਅਸੀਂ ਕਾਰਪੋਰੇਸ਼ਨ ਬਣਾਵਾਂਗੇ ਬੋਲ ਤੇਰੀਆਂ ਉਹਦੇ ਉਹਦੇ ਚ ਆ ਠੇਕੇ ਵਾਲੇ ਜਦ ਦੇਖੋ 300 ਵਿਧਾਨ ਦੇ 400 ਵਿਧਾਨ ਦੇ ਆ ਇਹ ਕਾਟਲ ਜਣਾ ਬਣਾਇਆ ਸ਼ਰਾਬ ਦੇ ਠੇਕੇਦਾਰਾਂ ਦਾ 10 ਹੋਏ ਮਿੱਤਰ ਪਿਆਰਿਆ ਪੈਸਾ ਕਿਹਦੇ ਕੋਲ ਜਾਂਦਾ ਦੱਸ ਨਾ ਤੇ ਤੂੰ ਕਹਿੰਦਾ ਤੂੰ ਹੀ ਮਾਨਦਾਰ ਹੈਂ ਤੁਸੀਂ ਕਹਿੰਦੇ ਤੁਹਾਡੀਆਂ ਮੋਰਲ ਵੈਲਿਊਜ਼ ਆ ਕਟਾਰੂ ਚੱਕ ਪਤੰਦਰ ਗਾਣੀ ਗਾਈ ਜਾਂਦਾ ਆਦਮੀ ਹਾਂ ਆਦਮੀ ਸੇ ਪਿਆਰ ਕਰਦਾ ਹਾਂ ਦੱਸੋ ਇਹ 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 ਇਹਨਾਂ ਦੀ ਮੋਰੈਲਿਟੀ ਹੈ ਉਹ ਠੀਕ ਨੇ ਉਹ ਠੀਕ ਨੇ ਕਿੰਨੇ ਹੀ ਤਰੇ ਮੰਤਰੀ ਬਰਖਾਸਤ ਹੋ ਗਏ ਤੂੰ ਕੈਪਟਨ ਵੰਦਰ ਸਿੰਘ ਨੂੰ ਕਹਿੰਦਾ ਸੀਗਾ ਵੀ ਸੌ ਜਾ ਕੇ ਮੁਕਰੇ ਗੁਰੂ ਗੋਬਿੰਦ ਸਿੰਘ ਦਾ ਕਹਿਣਾ ਹੈ ਵੀ ਜਿਹੜਾ ਜਵਾਨ ਦਾ ਪੱਕਾ ਨਾ ਹੋਵੇ ਉਹ ਬੰਦਾ ਹੀ ਹੈ ਨਹੀਂ ਤੇ ਤੂੰ ਮੰਮੀ ਦੀ ਸੌ ਖਾਦੀ ਕਿ ਨਹੀਂ ਖਾਦੀ ਹੋਏ ਪੱਟੂ ਨਹੀਂ ਖਾਦੀ ਮੰਮੀ ਦੀ ਸੌ ਹਾਂ ਤੇ ਸ਼ਾਮ ਦੇ 6 ਵਜੇ ਨਹੀਂ ਬੈਗ ਪਾਈ ਪਰ ਤੀਨ ਯਾਰ ਯਾਰ ਕਿਹੜੇ ਨੇ ਉਹ ਵੀ ਪਤਾ ਸਾਰਿਆਂ ਨੂੰ ਕਹਾਣੀਆਂ ਸੁਣਾਉਣਾ ਤੂੰ ਦਮਦਮਾ ਸਾਹਿਬ ਗਿਆ ਉੱਥੇ ਸਕੌਚ ਚੜਜੀ ਤੈਨੂੰ ਕਿਉਂਕਿ ਸਕੌਚ ਪੀਣ ਦੀ ਆਦਤ ਨਹੀਂ ਸੀ ਉਤੇ ਕਦਾ ਸਤ ਸਤ ਸ੍ਰੀ ਅਕਾਲ ਜਾ ਜੋ ਥੱਲੇ ਲਾਤਾ ਇਹ ਕਿਰਦਾਰ ਨੇ ਤੁਹਾਡੇ ਤੁਸੀਂ ਸੋਚਦੇ ਹੋ ਤੁਸੀਂ ਹੀ ਇਮਾਨਦਾਰ ਹੋ ਧਰਤੀ ਦੇ ਉੱਤੇ ਤੁਸੀਂ ਸੋਚਦੇ ਹੋ ਤੁਸੀਂ ਹੀ ਅੱਲਾ ਦਾ ਫਰਮਾਨ ਲੈ ਕੇ ਆਏ ਹੋ ਇੱਕ ਪਾਸੇ ਕੇਜਰੀਵਾਲ ਕਹਿੰਦਾ ਜੀ ਮੇਰੇ ਨਾਲ ਬੜੀ ਮਾੜੀ ਹੋ ਰਹੀ ਹੈ ਆਰਡੀਨੈਂਸ ਆ ਗਿਆ ਤੇ ਇੱਥੇ ਕੀ ਕਰ ਰਹੇ ਹੋ ਤੁਸੀਂ ਪੰਜਾਬ ਵਿੱਚ ਕਿਹੜਾ ਚੰਨ ਚੜ੍ਹ ਰਹੇ ਹੋ ਤੁਸੀਂ ਭਾਜੀ ਜਿਹੜੀ ਇਹ ਵਿਜੀਲੈਂਸ ਹੈ ਇਹ ਵਿਜੀਲੈਂਸ ਇੰਡੀਪੈਂਡੈਂਟ ਏਜੰਸੀ ਹੁੰਦੀ ਹੈ ਇਹਨਾਂ ਨੇ ਬਾਹਾਂ ਮਰੋੜਨ ਦੀ ਇੱਕ ਏਜੰਸੀ ਬਣਾ ਲਈ ਭਾਈ ਜੇ ਤੂੰ ਕਿਸੇ ਨੂੰ ਅੰਦਰ ਦਿੱਤਾ ਤੇ ਜੇ ਤੂੰ ਕਹਿਣਾ ਵੀ ਉਹਨੇ 3000 ਕਰੋੜ ਰੁਪਏ ਦੀ ਚੋਰੀ ਕੀਤੀ ਹੈ ਤੇ ਬਰਾਮਦ ਕਰਨਾ 3000 ਕਰੋੜ ਚੋਂ ਤੂੰ 200 ਕਰੋੜ ਬਰਾਮਦ ਕਰ ਦੇ ਚੱਲ 50 ਕਰੋੜ ਤੇ ਬਰਾਮਦ ਕਰ ਕੱਖ ਬਰਾਮਦ ਨਹੀਂ ਹੋਇਆ ਕਦੇ ਕਿਸੇ ਨੂੰ ਅੰਦਰ ਸਿੱਟਦਾ ਕਦੇ ਕਿਸੇ ਨੂੰ ਅੰਦਰ ਸਿੱਟਦਾ ਦਿਖਾਉਣ ਨੂੰ ਕੁਝ ਹੈ ਨਹੀਂ ਇਹ ਨਾ ਸੋਚੀ ਵੀ ਆ ਜਿਹੜਾ ਇਲੈਕਸ਼ਨ ਜਿਹੜਾ ਆ ਬਾਈ ਇਲੈਕਸ਼ਨ ਇਹ ਤਾਂ ਪੁਲਿਸ ਐਕਸ਼ਨ ਹੁੰਦਾ ਇਹ ਤਾਂ ਸਾਰਿਆਂ ਨੇ ਸਿਖਾਇਆ ਸਾਨੂੰ ਪਾਰਟੀਆਂ ਨੇ ਸਿਖਾਇਆ ਸਭ ਨੇ ਝੇਲਿਆ ਪੁਲਿਸ ਐਕਸ਼ਨ ਲੇਕਿਨ ਜੇ ਅੱਜ ਪੰਜਾਬ ਦੇ ਵਿੱਚ ਇਲੈਕਸ਼ਨ ਕਰਾ ਦਿਓ ਨਾ ਮੈਂ ਤੁਹਾਨੂੰ ਅੱਜ ਕਹਿ ਦਿੰਨਾ 92 ਤੋਂ 9 ਦੇ ਉੱਤੇ ਨਾਂ ਆਣ ਤਾਂ ਮੇਰਾ ਨਾਮ ਤਾਂ ਦਿਓ 9 ਤੇ ਇਹਨਾਂ ਨੂੰ ਵਹੀ ਨਹੀਂ ਪਤਾ ਮੈਲੇ ਹੁੰਦਾ ਕੀ ਐ ਕੋਈ ਜਾ ਕੇ ਉਥੇ ਗੱਦਿਆਂ ਕੋਲ ਖੜ ਜਾਂਦਾ ਗੱਦਾ ਬਦਲੋ ਦੱਸੋ ਕੋਈ ਜਾ ਕੇ ਉਥੇ ਡਾਇਰੈਕਟਰ ਕੋਲ ਖੜਾ ਹੋ ਜਾਂਦਾ ਕਿਹੜਾ ਕਾਨੂੰਨ ਬਣਾਇਆ ਤੁਸੀਂ ਬਣਾ ਕਾਨੂੰਨ ਸਟੇਟ ਦੀ ਰੈਗੂਲੇਟਰੀ ਅਥਾਰਟੀ ਜ਼ਿਆਦਾ ਅਸ ਮੈਨੂੰ ਕਿੰਨੇ ਇਨਕਮ ਆਈ ਐ ਮੈਂ ਕਹਿੰਦਾ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਲਾਅ ਐਂਡ ਆਰਡਰ ਦੀ ਗੱਲ ਛੱਡ ਦਿਓ ਲਾਅ ਐਂਡ ਆਰਡਰ ਤੇ ਡਰੱਗਸ ਤੋਂ ਇਲਾਵਾ ਹਰ ਸਮੱਸਿਆ ਦਾ ਹੱਲ ਇਨਕਮ ਐ ਦੱਸ ਕਿੰਨੀ ਇਨਕਮ 40000 ਕਰੋੜ ਦਾ ਕਰਜ਼ਾ ਚੁਕਿਆ ਬਿਜਲੀ ਫਰੀ ਦਿੱਤੀ ਉਦੋਂ 65000 ਕਰੋੜ ਰੁਪਇਆ ਲੋਕਾਂ ਤੋਂ ਲੈ ਲਿਆ 2 ਰੁਪਇਆ ਪੈਟਰੋਲ ਵਧਾਤਾ ਸਾਈਜ਼ ਡਿਊਟੀ ਵਧਾਤੀ ਸਰਚਾਰਜ ਵਧਾਤਾ ਇਨਡਾਇਰੈਕਟ ਟੈਕਸ ਵਧਾਤੇ ਤੂੰ ਆ ਤਾਂ ਸਹੀ ਮਿੱਤਰ ਪਿਆਰੇ ਆ ਬੈਠ ਤਾਂ ਸਹੀ ਤੈਨੂੰ 200 ਵਾਰ ਸਵਾਲ ਕੀਤੇ ਆ ਤੂੰ ਇੱਕ ਦਾ ਜਵਾਬ ਨਹੀਂ ਦਿੱਤਾ ਜਵਾਬ ਤੇਰੇ ਕੋਲ ਹੈ ਹੀ ਨਹੀਂ ਜਵਾਬ ਤੂੰ ਦਏਂਗਾ ਕੀ ਤੇ ਮੈਂ ਫੇਰ ਕਹਿ ਰਿਹਾ ਤੂੰ ڈاکੂ ਹੈ ਤੂੰ ਪੰਜਾਬ ਦੇ ਖਜ਼ਾਨੇ ਦੇ ਉੱਤੇ ਟਕਾਹ ਕੇ ڈاکੇ ਮਾਰਦਾ ਬਣਾ 20000 ਕਰੋੜ ਚੋਂ 2000 ਕਰੋੜ ਕਮਾ ਕੇ ਦਿਖਾਉਂਦਾ ਫੇਰ ਮੰਨਦਾ ਤੇ ਤੂੰ ਕਹਿੰਦਾ ਸੀ ਮਿੱਤਰ ਪਿਆਰਿਆ ਪੰਜਾਬ ਦੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਲਾਇਸੈਂਸ ਦਵਾਂ ਮੈਂ ਕਿਹੜਾ ਭਾਜੀ ਆਖੇ ਇੱਕ ਇੱਕ ਪਿੰਡ ਦੇ ਵਿੱਚ ਇੱਕ ਇੱਕ ਲਾਇਸੈਂਸ ਦਵਾਂ ਕਿੱਥੇ ਨੇ ਉਹ ਲੋਕਾਂ ਦੀ ਸਰਕਾਰ ਲੋਕਾਂ ਦੇ ਦਰਵਾਜ਼ੇ ਮੇਰੀ ਘਰ ਵਾਲੀ ਦਾ ਲਾਇਸੈਂਸ 7 7 ਮਹੀਨੇ ਹੋ ਗਏ ਤੋਰੀ ਵਾਂਗੂ ਟੰਗਿਆ ਪਿਆ ਇਸ ਕਰਕੇ ਇਹ ਸੋਚਣ ਵਾਲੀ ਗੱਲ ਹੈ ਕਦੇ-ਕਦੇ ਮੌਕਾ ਆਉਂਦਾ ਹੈ ਕਿ ਇਨਸਾਨ ਖੜਾ ਹੋ ਕੇ ਆਪਣੇ ਹੱਕਾਂ ਲਈ ਲੜਦਾ ਹੈ ਅਸੀਂ ਆਪਣੇ ਹੱਕਾਂ ਲਈ ਨਹੀਂ ਪਾਜੀ ਅਸੀਂ ਆਪਣੇ ਹੱਕਾਂ ਲਈ ਨਹੀਂ ਅਸੀਂ ਅਗਲੀ ਪੀੜੀ ਦਾ ਲੜਾਈ ਲੜ ਰਹੇ ਹਾਂ ਅਗਲੀ ਪੀੜੀ ਦੀ ਲੜਾਈ ਲੜ ਰਹੇ ਹਾਂ ਔਰ ਉਹ ਪੀੜੀ ਜਿਹੜੀ ਇੱਕ ਨਸ਼ੇ ਚ ਗਵਾਦੀ ਇੱਕ ਕੱਤਵਾਦ ਨੇ ਖੋਦੀ ਔਰ ਇੱਕ ਕੱਜ ਛੱਡ ਛੱਡ ਜਾਈ ਜਾਂਦੀ ਹੈ ਉਹ ਪੁੱਛੂ ਸਵਾਲ ਉਹ ਨਹੀਂ ਪੁੱਛੂਗੀ ਸਵਾਲ ਜੇ ਅੱਜ ਅਸੀਂ ਹਮਦਰਦ ਸਾਹਿਬ ਦੀ ਲੜਾਈ ਦੇ ਨਾਲ-ਨਾਲ ਇਸ ਆਪਰੇਸ਼ਨ ਇਸ ਬੇਈਮਾਨੀ ਦੇ ਖਿਲਾਫ ਅੱਜ ਲੜਾਈ ਲੜਾਂਗੇ ਤੇ ਰਾਗਵ ਚੱਡਿਆਂ ਤੋਂ ਮੁਕਤੀ ਪਾਵਾਂਗੇ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਬੰਦਾ ਜਨਾਨੀ ਹੈ ਉਹ ਤਾਂ ਕਹਿੰਦਾ ਗੱਲਾਂ ਦੇ ਹੱਥ ਲਾਉਣਾ ਮੈਨੂੰ ਤਾਂ ਇਹ ਹੀ ਨਹੀਂ ਪਤਾ ਲੱਗਦਾ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਤੁਸੀਂ ਉਹ ਦਿੱਤੀ ਹੋਈ ਹੈ ਤੂੰ ਕਹਿੰਦਾ ਸੀਗਾ ਤੇਰੇ ਯਾਰ ਨੂੰ ਤਾਂ ਬੰਨ ਨੂੰ ਫਿਰਦੇ ਦਬਦਾ ਕਿੱਥੇ ਆ 90 95% ਹੈ ਲਾ ਫਿਰ ਮੇਰੀ ਵੀ ਗੱਲ ਸੁਣ ਲਓ ਮਿੱਤਰ ਪਿਆਰਿਓ ਹੁਣ ਜੀ ਇਹਨੇ ਸਵਾਲ ਪੁੱਛਿਆ ਹੀ ਐ ਹੁਣ ਜੀ ਸਵਾਲ ਪੁੱਛਿਆ ਹੀ ਐ ਤਾਂ ਫਿਰ ਲਾਲ ਫਿਲਮ ਬਣੂ ਅੱਜ ਯਾਰੀ ਹੋ ਗਈ ਬਈ ਉੱਠ ਗਾੜ ਉੱਠ ਗਾੜ ਮਲਾਹਤ ਮਲਾਹਤ ਪਾਜੀ ਮੈਂ ਮੈਂ ਇੱਕ ਗੱਲ ਦਾ ਗੁਨਾਹਗਾਰ ਆ ਪਾਜੀ ਮੈਂ ਇੱਕ ਗੱਲ ਦਾ ਗੁਨਾਹਗਾਰ ਆ ਕਿ ਤੁਸੀਂ ਮੈਨੂੰ ਇੱਕ ਦਿਨ ਕਿਹਾ ਸੀ ਕਿ ਇਹਦੇ ਨਾਲ ਹੱਥ ਮਿਲਾਨ ਜੋਗਾ ਰੱਖੀਦਾ ਤੁਸੀਂ ਕਿਹਾ ਸੀ ਮੈਨੂੰ ਮੈਂ ਨਹੀਂ ਕੀਤਾ ਮੇਰੀ ਗਲਤੀ ਸੀ ਇਨਸਾਨ ਕਿੰਨਾ ਵੀ ਕਿਸੇ ਦੇ ਨਾਲ ਮਨਮਟਾਫ ਹੋਣ ਔਰ ਮੇਰੇ ਮਨਮਟਾਫ ਹੈਗੇ ਆ ਮੈਂ ਜ਼ਾਹਰ ਕੀਤੇ ਆ ਲੇਕਿਨ ਨਹੀਂ 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 ਪਰ ਜਦੋਂ ਆਦਮੀ ਸਾਰੀ ਦੁਨੀਆ ਦੇ ਸਾਹਮਣੇ ਕਿਸੇ ਨੂੰ ਮਿਲੇ ਤੇ ਐਨੇ ਜੋਗਾ ਤਾਂ ਹੋਵੇ ਵੀ ਹੱਥ ਮਲਾ ਲੇ ਐਨੇ ਜੋਗਾ ਤਾਂ ਹੋ ਆ ਚਲੋ ਜੱਫੀ ਪਾਈ ਆ ਪੱਪੀ ਨਹੀਂ ਲਈ ਉਹ ਐਸ ਕਰਕੇ ਵੀ ਮੈਂ ਕਟਾਰੀ ਚੱਕ ਦੇ ਖਿਲਾਫ ਆ ਮੈਂ ਕਟਾਰੀ ਚੱਕ ਦੇ ਖਿਲਾਫ ਆ हां ਜੋੜ ਦੇ ਦੇਖੋ ਹੁਣੇ ਕੀ ਕਿਹਾ ਨੇ ਦੇਖੋ ਲੰਗਾਰ ਦੇਖੋ ਉਹਨੇ ਦੇਖੋ ਕੀ ਕੀ ਆਨੇ ਮੈਂ ਜਵਾਬ ਦਊਂ ਇਹਨੂੰ ਟਕਾ ਕੇ ਵੱਡਾ ਭਾਈਆ ਮੈਂ ਵੱਡਾ ਭਾਈਆ ਹੁਣ ਸੁਣੋ ਸੁਣੋ ਵੱਡਾ ਜਿਹੜੇ ਸੰਜੀਦਗੀ ਵਾਲੇ ਮਾਮਲੇ ਸੀ ਸੰਜੀਦਗੀ ਨਾਲ ਗੱਲ ਕੀਤੀ ਪਰ ਭਾਜੀ ਉਮਰ ਨਾ ਦੱਸਿਓ ਐਸੇ ਤਰ੍ਹਾਂ ਜਵਾਨ ਰਹੀਓ ਐਸੇ ਤਰ੍ਹਾਂ ਇਮਾਨਦਾਰੀ ਦਾ ਲੜਫੜ ਕੇ ਇਸ ਪੰਜਾਬ ਨੂੰ ਤਲਦਲ ਚੋਂ ਕੱਢਣ ਦਾ ਪ੍ਰਯਾਸ ਕਰਿਓ ਭਾਜੀ ਮੈਂ ਰੋਹਾਨੀ ਤੌਰ ਤੇ ਤੁਹਾਡੇ ਨਾਲ ਆ। ਔਰ ਮੈਂ ਮੇਰੀ ਮਾਂ ਇੱਕ ਗੱਲ ਕਹਿੰਦੀ ਸੀ ਉਹ ਸੀਰੀਅਸ ਗੱਲ ਹੈ ਕਈ ਵਾਰ ਮੇਰਾ ਮਨ ਵੀ ਭਰ ਜਾਂਦਾ ਹੈ। ਮੇਰੀ ਘਰ ਵਾਲੀ ਬਿਮਾਰ ਹੈ। ਮੈਂ ਉਹਨੂੰ ਟਾਈਮ ਨਹੀਂ ਦੇ ਸਕਿਆ। ਉਹ ਕਹਿੰਦੀ ਹੁੰਦੀ ਸੀ ਬੇਟਾ ਦੁਨੀਆਂ ਦਾ ਸਭ ਤੋਂ ਵੱਡਾ ਗੁਨਾਹ ਕਰ ਲਈ। ਸਭ ਤੋਂ ਮਾੜਾ ਗੁਨਾਹ ਕਰ ਲਈ। ਗੁਰੂ ਦੇ ਦਰ ਤੇ ਜਾਈ ਤੇ ਗੁਰੂ ਤੈਨੂੰ ਬਖਸ਼ਿਸ਼ ਦੇਗਾ, ਮਾਫੀ ਦੇਗਾ। ਲੇਕਿਨ ਐ ਸ਼ਾਂ ਫਰਾਮੋਸ਼ ਬਣ ਕੇ ਨਾ ਜਾਈਂ। ਲੋਕੇ ਆਸਾਨ ਫਰਾਮੋਸ਼ ਬੰਦੇ ਦਾ ਬੋਝ ਧਰਤੀ ਚੁੱਕਦੀ ਨਹੀਂ ਧਰਤੀ ਚੁੱਕਦੀ ਨਹੀਂ ਬਾਜੀ ਤੁਹਾਡੇ ਆਸਾਨ ਨੇ ਮੈਂ ਬੁਰਾਈਆਂ ਭੁੱਲ ਗਿਆ ਲੇਕਿਨ ਅਛਾਈਆਂ ਨਹੀਂ ਭੁੱਲਦਾ ਤੁਸੀਂ ਮੈਂ ਐਲਾਨ ਕਰਦਾ ਤੁਸੀਂ ਇਸ ਪੰਜਾਬੀ ਸੂਬੇ ਦੇ ਸੱਚੇ ਵਾਰਿਸ ਹੋ ਵਾਰਿਸ ਵਾਰਿਸ ਮੈਂ ਵਾਰਿਸ ਕਹਣਾ ਤੁਹਾਨੂੰ ਹਮਦਰ ਸਾਹਿਬ ਵਾਰਿਸ ਹੋ ਐਸੇ ਕਰਕੇ ਤੋੜੀ ਜੁੱਤੀ ਨੂੰ ਵੀ ਜਦੋਂ ਮੈਂ ਹੱਥ ਲਾਣਾ ਮੈਨੂੰ ਫਕਰ ਹੁੰਦਾ ਹੈ। ਫੈਰ ਪਿਓ ਜੁੰਦਾ ਨਹੀਂ। ਪਰ ਤੁਸੀਂ ਸਭ ਦੇ ਸਾਡੇ ਸਰਪ੍ਰਸਤ ਬਣ ਕੇ ਇਸ ਲੜਾਈ 'ਚ ਪਿੱਛੇ ਖੜਿਓ। ਅੱਗੇ ਨਵਜੋਤ ਸਿੰਘ ਸਿੱਧੂ ਜੇ ਨਾ ਖੜਿਆ ਤੇ ਜੁਮਾ ਨਹੀਂ। ਇਹ ਜਵਾਬ ਦਿੰਨਾ ਭਾਜੀ ਕਿ ਜੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਇਹਦੀ ਜੜ ਪੁੱਟੀ ਜਾਣੀ ਹੈ। ਔਰ ਹੋ ਗਈਆਂ ਨੇ ਬਸ ਇੱਕ ਕੱਠ ਦੀ ਲੋੜ ਹੈ। ਮੈਂ ਇੱਕ ਵਾਰ ਝੋਲੀ ਅੱਡੀ ਸੀ ਗੁਰੂ ਦੇ ਇਨਸਾਫ ਲਈ ਅੱਜ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿਸੇ ਪੋਲਿਟਿਕਲ ਪਾਰਟੀ ਲਈ 10 20 ਹਜ਼ਾਰ ਬੰਦਾ ਇਕੱਠਾ ਕਰਨਾ ਕੋਈ ਔਖਾ ਨਹੀਂ ਹਮਦਰ ਸਾਹਿਬ ਨੂੰ ਵਿਜੀਲੈਂਸ ਦੇ ਆਫਿਸ ਕੱਲ੍ਹੇ ਨਹੀਂ ਜਾਣ ਦੇਣਾ ਕੱਲ੍ਹੇ ਨਹੀਂ ਜਾਣ ਦੇਣਾ ਕੱਲ੍ਹੇ ਨਹੀਂ ਜਾਣ ਦੇਣਾ ਜੇ ਲੋੜ ਹੀ ਨਾ ਪਈ ਬ੍ਰਹਮਾਸਤਰੀ ਚੱਲ ਚੁਲ ਗਿਆ ਕੋਈ ਗੱਲ ਵੱਖਰੀ ਹੈ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਕੋਈ ਗਲਤੀ ਹੋ ਗਈ ਹੋਇਆ ਤੇ ਮਾਫ ਲੇਕਿਨ ਸੱਚ ਬੋਲਣਾ ਚਾਹੀਦਾ ਸੀ ਔਖਾ ਹੁੰਦਾ ਲੇਕਿਨ ਸੱਚ ਦੀ ਪਹਿਰੇਦਾਰੀ ਅਜੀਤ ਨੇ ਕੀਤੀ ਹੈ ਔਰ ਮੈਂ ਸੱਚ ਦੇ ਨਾਲ ਹਮੇਸ਼ਾ ਖੜਾ ਰਹੂੰਗਾ ਬੋਲੇ